ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਵਿੱਚ। ਹੁਣ ਆਹ ਵੀਡੀਓ ਬਹੁਤ ਡਿਫਰੈਂਟ ਆ, ਤਾਂ ਕਰਕੇ ਇਹਨੂੰ ਪੂਰਾ ਐਂਡ ਤੱਕ ਦੇਖਿਓ, ਸੋ ਕਿ ਤੁਹਾਨੂੰ ਬਹੁਤ ਫਾਇਦੇ ਦੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ, ਕਿਉਂਕਿ ਇਹਦੇ ਵਿੱਚ ਆਪਾਂ ਦੋ ਮੇਨ AI ਬਾਰੇ ਗੱਲ ਕਰਨ ਜਾ ਰਹੇ ਹਾਂ। ਇੱਕ ਤਾਂ ਇੱਦਾਂ ਦੀ ਆ ਵੀ ਜਿਹੜੀ ਵੀ ਚੀਜ਼ ਉਹਨੂੰ ਲਿਖੋਗੇ ਉਹਨੇ ਉਹੀ ਚੀਜ਼ ਇੱਕ ਵੀਡੀਓ ਵਿੱਚ ਬਣਾ ਦੇਣੀ ਆ, ਇੱਕ ਵੀਡੀਓ ਵਿੱਚ ਕਨਵਰਟ ਕਰ ਦੇਣਾ, ਅਤੇ ਵੀਡੀਓ ਵੀ ਇੰਨੀ ਹਾਈ ਕੁਆਲਿਟੀ ਬਣਾਉਂਦੇ ਆ, ਅੱਗੇ ਆ ਕੇ ਤੁਹਾਨੂੰ ਦਿਖਾਉਂਦੇ ਹਾਂ। ਅਤੇ ਜਿਹੜਾ ਦੂਸਰਾ ਨੰਬਰ 'ਤੇ ਆਪਣਾ AI ਆਉਂਦਾ, ਉਹ ਬੇਸਿਕਲੀ ਤੁਹਾਡੀ ਆਵਾਜ਼ ਚੇਂਜ ਕਰ ਸਕਦਾ, ਜਿਹਦੇ ਵਰਗੀ ਆਵਾਜ਼ ਤੁਸੀਂ ਆਪਦੇ ਬਣਾਉਣਾ ਚਾਹੁੰਦੇ ਹੋ ਉੱਦਾਂ ਦੀ ਆਵਾਜ਼ ਆਪਦੇ ਤੁਸੀਂ ਬਣਾ ਸਕਦੇ ਹੋ। ਜਿਵੇਂ ਆਪਾਂ ਅੱਜ ਕੱਲ੍ਹ ਰੀਲਾਂ 'ਤੇ ਦੇਖਦੇ ਹਾਂ, ਹਰੇਕ ਚੀਜ਼ 'ਤੇ ਲੋਕ ਆਪਦੀ ਆਵਾਜ਼ ਬਦਲ ਲੈਂਦੇ ਨੇ, ਜਾਂ ਹੋਰ ਕੋਈ ਵੋਇਸ ਆਫ ਟੋਨ ਜਾਂ ਹੋਰ ਕੋਈ ਥੋੜ੍ਹਾ ਜਿਹਾ ਟੋਨ ਬਦਲ ਕੇ ਵੀਡੀਓ ਵਿੱਚ ਲਾਉਂਦੇ ਨੇ, ਉਹ ਸਾਰੇ ਕਿਵੇਂ ਕਰਦੇ ਨੇ, ਕਿੱਥੋਂ ਕਰਦੇ ਨੇ, ਉਹ ਮੈਂ ਤੁਹਾਨੂੰ ਵੀਡੀਓ ਵਿੱਚ ਐਕਸਪਲੇਨ ਕਰਦਾ। ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ, ਹੁਣ ਆਹ ਵੀਡੀਓ ਨੂੰ ਧਿਆਨ ਨਾਲ ਦੇਖੋ। ਇਹ ਜਦੋਂ ਆਪਾਂ ਵੀਡੀਓ ਦੇਖਦੇ ਹਾਂ, ਓਬਵੀਅਸਲੀ ਦੇਖ ਕੇ ਆਪਾਂ ਨੂੰ ਲੱਗਦਾ ਵੀ ਯਾਰ ਇਹ ਅਸਲੀ ਜੀ ਨਹੀਂ ਲੱਗਦੀ, ਇਹ ਥੋੜ੍ਹੀ ਜਿਹੀ ਫੇਕ ਜੀ ਵੀਡੀਓ ਲੱਗਦੀ ਹੈ। ਸੋ ਇਹ 1.5 ਸਾਲ ਪਹਿਲਾਂ ਦੀ ਵੀਡੀਓ ਆ, 1.5 ਸਾਲ ਪਹਿਲਾਂ AI ਤੋਂ ਬਣਵਾਈ ਗਈ ਸੀ ਇਹ ਵੀਡੀਓ। ਸੋ 1.5 ਸਾਲ ਪਹਿਲਾਂ AI ਇੱਥੇ ਤੱਕ ਪਰਫੋਰਮ ਕਰ ਸਕਦਾ ਸੀ, ਫਿਰ ਵੀ ਜੋ ਆਪਾਂ ਦੇਖਦੇ ਆਪਾਂ ਨੂੰ ਪਤਾ ਲੱਗਦਾ ਵੀ ਯਾਰ ਇਹ ਅਸਲੀ ਨਹੀਂ ਗੀ, ਇਹ ਨਕਲੀ ਚੀਜ਼ ਬਣਾਈ ਲੱਗਦੀ ਆ। ਹੁਣ ਆਹ ਵਾਲੀ ਵੀਡੀਓ ਦੇਖੋ, ਇਹ ਵੀਡੀਓ ਬਿਲਕੁਲ ਆ ਲੇਟੈਸਟ AI ਦੀ ਆ ਜਿਹੜੀ ਨਿਕਲੀ ਆ, ਅਤੇ ਇਹਦੇ ਵਿੱਚ ਕੋਈ ਵੀ ਚੀਜ਼ ਅਸਲੀ ਨਹੀਂ ਹੈਗੀ। ਜਿਹੜਾ ਤੁਸੀਂ ਬੰਦਾ ਦੇਖ ਰਹੇ ਹੋ ਨਾ ਉਹ ਅਸਲੀ ਆ, ਜਿਹੜਾ ਤੁਸੀਂ ਇਨਵਾਇਰਮੈਂਟ ਬੈਕਗਰਾਊਂਡ ਦੇਖ ਰਹੇ ਹੋ ਨਾ ਉਹ ਅਸਲੀ ਆ, ਸਾਰਾ ਕੁਝ AI ਦਾ ਬਣਾਇਆ ਹੋਇਆ। ਆਹ ਜਿਹੜਾ ਬੰਦਾ ਇਹ 'ਚ ਬੈਠਾ ਇਹ ਹੈ ਵੀ ਨਹੀਂਗਾ, ਇਹ ਕੰਪਿਊਟਰ ਨੇ ਆਪ ਬਣਾਇਆ ਹੋਇਆ। ਸੋ ਤੁਸੀਂ ਦੇਖੋ 1.5 ਸਾਲ 'ਚ ਕਿੰਨਾ ਫਰਕ ਆ ਗਿਆ AI ਦੇ ਵਿੱਚ, ਅਤੇ ਇੰਨੀ ਤੇਜ਼ੀ ਨਾਲ। 1.5 ਸਾਲ ਪਹਿਲਾਂ ਕਿੱਥੋਂ ਇੱਦਾਂ ਦੀ ਵੀਡੀਓ ਤੋਂ ਇੱਦਾਂ ਦੀ ਵੀਡੀਓ ਤੱਕ ਪਹੁੰਚ ਗਈ AI, 1.5 ਸਾਲ ਦੇ ਵਿੱਚ ਇੰਨੀ ਤਰੱਕੀ ਕਰ ਗਈ, ਇੰਨਾ ਐਡਵਾਂਸ ਚੱਲ ਗਿਆ। ਸੋ ਤੁਸੀਂ ਇਹ ਸੋਚ ਕੇ ਦੇਖੋ ਆਉਣ ਵਾਲੇ 4-5 ਸਾਲਾਂ 'ਚ AI ਨੇ ਕਿੱਥੇ ਕਿੱਥੇ ਤੱਕ ਪਹੁੰਚ ਜਾਣਾ। ਸੋ ਇਹ ਹਜੇ ਇੱਕ ਤਰ੍ਹਾਂ ਦੀ ਸ਼ੁਰੂਆਤ ਆ। AI ਸਭ ਨੂੰ ਜ਼ਿਆਦਾ ਉਦੋਂ ਮਸ਼ਹੂਰ ਹੋਈ ਸੀ ਜਦੋਂ ਚੈਟ GPT ਆਈ ਸੀ। ਸੋ ਇੱਥੇ ਕੈਨੇਡਾ USA 'ਚ ਬਹੁਤ ਉਦੋਂ ਇੱਕਦਮ ਜਿਵੇਂ ਇੱਕ ਨਵਾਂ ਟ੍ਰੈਂਡ ਨਹੀਂ ਚੱਲਿਆ ਹੁੰਦਾ, ਖਾਸ ਕਰਕੇ ਜਿਹੜੇ ਕਾਲਜ ਜਾਂਦੇ ਸੀ ਜਿਹੜੇ ਪੜ੍ਹਦੇ ਸੀ ਉਹਨਾਂ 'ਚ ਬਹੁਤ ਇਹ ਚੀਜ਼ ਫੈਲੀ ਸੀ ਵੀ ਚੈਟ GPT ਆਇਆ। ਪਰ ਫਿਰ ਵੀ ਚੱਲ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿੰਦੇ ਹਾਂ, ਚੈਟ GPT ਜੇ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਲਿਓ, ਇੱਕ ਇੱਦਾਂ ਦਾ AI ਆ ਜਿਹੜੀ ਵੀ ਚੀਜ਼ ਤੁਸੀਂ ਉਹਨੂੰ ਲਿਖੋਗੇ, ਜਾਂ ਤੁਸੀਂ ਉਹਨੂੰ ਕੋਈ ਸਵਾਲ ਪੁੱਛਿਆ, ਕੋਈ ਮੈਥ ਦਾ ਸਵਾਲ ਪੁੱਛਿਆ, ਕੋਈ ਹਿਸਟਰੀ ਦਾ ਸਵਾਲ ਪੁੱਛਿਆ, ਕੋਈ ਕੈਮਿਸਟਰੀ ਦਾ ਸਵਾਲ ਪੁੱਛਿਆ, ਉਹ ਉੱਦਾਂ ਹੀ ਤੁਹਾਨੂੰ ਪਰਫੈਕਟ ਜਵਾਬ ਦਊਗੀ, ਪੂਰਾ ਸਹੀ ਜਵਾਬ ਦਊ। ਅਤੇ ਜਿਹੜਾ ਜਵਾਬ ਹੁੰਦਾ ਉਹ 5-10 ਸਕਿੰਟਾਂ ਵਿੱਚ ਜਨਰੇਟ ਹੋ ਜਾਂਦਾ। ਸੋ ਬੱਚੇ ਕੀ ਕਰਦੇ ਸੀਗੇ, ਜਿਹੜੇ ਖਾਸ ਕਰਕੇ ਹੁਣ ਸਕੂਲਾਂ ਕਾਲਜਾਂ 'ਚ ਪੜ੍ਹਦੇ ਨੇ, ਹੁਣ ਜਿਹੜੇ ਵੀ ਉਹਨਾਂ ਕਾਲਜ ਜਾਂ ਸਕੂਲ ਵਾਲਾ ਕੰਮ ਹੁੰਦਾ ਸੀਗਾ, ਜਿਹੜੇ ਵੀ ਕੁਐਸਚਨ ਹੁੰਦੇ ਸੀ ਉਹ ਚੈਟ GPT 'ਤੇ ਭਰ ਦਿੰਦੇ ਸੀਗੇ, ਅਤੇ ਚੈਟ GPT ਜਦੀ ਆਨਸਰ ਦੇਣ ਲੱਗ ਜਾਂਦਾ ਸੀ। ਹੁਣ ਆਹ ਜਿਹੜੀ AI ਮੈਂ ਤੁਹਾਨੂੰ ਦਿਖਾਈ ਸੀ, ਜਿਹਨੇ ਆਹ ਇੰਨੀ ਹਾਈ ਕੁਆਲਿਟੀ ਵੀਡੀਓ ਬਣਾਈ ਆ, ਇਹ AI ਦਾ ਨਾਂ ਹੈਗਾ ਸੋਰਾ। ਸੋ ਸੋਰਾ ਇੱਕ ਨਵਾਂ OpenAI ਕ੍ਰੀਏਟ ਕੀਤਾ ਗਿਆ, ਜੋ ਕਿ ਕੋਈ ਵੀ ਟੈਕਸਟ ਜਾਂ ਕੋਈ ਵੀ ਪੈਰਾਗ੍ਰਾਫ ਨੂੰ ਹਾਈ ਕੁਆਲਿਟੀ ਵੀਡੀਓ ਵਿੱਚ ਕਨਵਰਟ ਕਰ ਦਿੰਦਾ। ਹੁਣ ਆਪਾਂ ਇਕੱਠੇ ਜਾ ਕੇ ਆਪਾਂ ਇਹਨਾਂ ਦੀ ਵੈਬਸਾਈਟ ਦੇਖਦੇ ਹਾਂ। ਇਹ ਜਿਹੜੀ ਵੈਬਸਾਈਟ ਆ ਇਹ ਹਜੇ ਪਬਲਿਕਲੀ ਓਪਨ ਹੋਣੀ ਆ, ਪਰ ਉਹਨਾਂ ਨੇ ਓਬਵੀਅਸਲੀ ਇੱਕ ਡੈਮੋ ਦਿਖਾਈ ਆ ਪਹਿਲਾਂ ਵੀ ਕਿੱਦਾਂ ਦੀ ਹੋਊਗੀ। ਹੁਣ ਜਿਹੜੇ ਬੰਦੇ ਕੰਟੈਂਟ ਕ੍ਰੀਏਟ ਕਰਦੇ ਨੇ, ਜਿਹੜੇ ਬੰਦੇ ਵੀਡੀਓਜ਼ ਬਣਾਉਂਦੇ ਨੇ, ਤੁਸੀਂ ਆਪਦੇ ਕੰਟੈਂਟ ਲਈ ਇੱਥੋਂ ਕਲਿਪਸ ਬਹੁਤ ਯੂਜ਼ ਕਰ ਸਕਦੇ ਹੋ, ਕਿਉਂਕਿ AI ਆ ਨਾ, ਇਹ 'ਤੇ ਕਾਪੀਰਾਈਟ ਹੋਇਆ ਕਰਨਾ, ਤੁਸੀਂ ਯੂਜ਼ ਕਰ ਸਕਦੇ ਹੋ ਇਹਨਾਂ ਨੂੰ। ਫੋਰ ਐਗਜ਼ਾਮਪਲ, ਜਿਹੜੇ ਬੰਦੇ ਦਾ ਆਪਦਾ ਇੱਕ ਯੂਟਿਊਬ ਚੈਨਲ ਆ ਅਤੇ ਉਹ ਆਪਦੇ ਯੂਟਿਊਬ ਚੈਨਲ 'ਤੇ ਆਪਦੀ ਸ਼ਕਲ ਵੀ ਨਹੀਂ ਦਿਖਾਉਣਾ ਚਾਹੁੰਦਾ, ਉਹਦੇ ਲਈ ਇਹ ਬਹੁਤ ਵਧੀਆ ਚੀਜ਼ ਆ, ਉਹਦੇ ਲਈ AI ਤਾਂ ਬੜੀ ਵਧੀਆ, ਕਿਉਂਕਿ ਉਹ ਕਲਿਪਸ ਯੂਜ਼ ਕਰ ਸਕਦਾ ਆਪਦੇ ਯੂਟਿਊਬ ਚੈਨਲ ਲਈ, ਅਤੇ ਆਪਦਾ ਚਿਹਰਾ ਵੀ ਦਿਖਾਉਣ ਦੀ ਲੋੜ ਉਹਨੂੰ। ਸੋ ਸ਼ੁਰੂ ਕਰਦੇ ਹਾਂ। ਹੁਣ ਆਹ ਜਿਹੜੀ ਵੈਬਸਾਈਟ ਆ ਇਹ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਆ, ਤੁਸੀਂ ਬੇਸਿਕਲੀ OpenAI ਸੋਰਾ ਉਹ ਸਰਚ ਕਰ ਲਿਓ, ਜਿਹੜੀ ਪਹਿਲੀ ਵੀ ਵੈਬਸਾਈਟ ਤੁਹਾਨੂੰ ਸਰਚ 'ਤੇ ਆਊਗੀ ਉਹ 'ਤੇ ਤੁਸੀਂ ਕਲਿੱਕ ਕਰਨਾ। ਸੋ ਆਹ ਇਹਨਾਂ ਦੀ ਵੈਬਸਾਈਟ ਹੁਣ ਆਪਾਂ ਦੇਖ ਰਹੇ ਹਾਂ।
ਹੁਣ ਆਹ ਚੀਜ਼ ਧਿਆਨ ਨਾਲ ਦੇਖੋ, ਇੱਥੇ ਇਹਨਾਂ ਨੇ ਵੀਡੀਓਜ਼ ਪਾਈਆਂ ਨੇ ਵੀ ਆਹ ਤੁਸੀਂ ਹੁਣ ਵੀਡੀਓ ਦੇਖ ਰਹੇ ਹੋ ਵੀ ਸਾਰੀ AI ਜਨਰੇਟਡ ਆ ਓਬਵੀਅਸਲੀ, ਮਤਲਬ ਇਹਦੇ ਵਿੱਚ ਜਿਹੜੀ ਤੁਸੀਂ ਲੇਡੀ ਵੀ ਦੇਖ ਰਹੇ ਹੋ ਇਹ ਵੀ ਅਸਲੀ ਨਹੀਂ ਹੈਗੀ। ਤੁਸੀਂ ਦੇਖੋ AI ਕਿੰਨੇ ਐਡਵਾਂਸ ਲੈਵਲ ਤੱਕ ਆ, ਬੰਦਿਆਂ ਦੇ ਚਿਹਰੇ ਵੀ ਆਪ ਬਣਾਉਣ ਲੱਗ ਗਿਆ, ਅਤੇ ਪਿੱਛੇ ਜਿਹੜੀ ਸਾਰੀ ਇਨਵਾਇਰਮੈਂਟ ਆ, ਪੂਰੀ ਲਾਈਟਿੰਗ, ਪੂਰਾ ਕਲਰ, ਸਾਰਾ AI ਨੇ ਆਪ ਬਣਾਇਆ ਹੋਇਆ ਆਪਦੇ ਹਿਸਾਬ ਨਾਲ ਵੀ ਜਿੰਨਾ ਸਹੀ ਲੱਗੂਗਾ। ਹੁਣ ਤੁਸੀਂ ਦੇਖੋ ਜੇ ਇੱਕ ਨੋਰਮਲ ਬੰਦੇ ਨੇ ਕੰਮ ਕੀਤਾ ਹੁੰਦਾ, ਪਹਿਲਾਂ ਤਾਂ ਉਹਨੇ ਇੱਕ ਮਾਡਲ ਸੱਦਣੀ ਸੀਗੀ ਅਤੇ ਫਿਰ ਉਹਨਾਂ ਨੇ ਲੋਕੇਸ਼ਨ 'ਤੇ ਜਾਣਾ ਸੀ, ਲੋਕੇਸ਼ਨ 'ਤੇ ਵੀ ਸ਼ੂਟਿੰਗ ਵਗੈਰਾ ਕਰਕੇ, ਫਿਰ ਜਿੰਨਾ ਵੀ ਉਹਨੇ ਕੰਟੈਂਟ ਉੱਦਣ ਬਣਾਇਆ ਸੀ ਫਿਰ ਉਹ ਘਰੇ ਜਾ ਕੇ ਐਡਿਟ ਕਰਦਾ, ਹੈ ਨਾ, 2 ਘੰਟੇ ਤਾਂ ਲੱਗ ਹੀ ਜਾਣੇ ਸੀਗੇ ਐਡੀਟਿੰਗ ਵਿੱਚ ਸਾਰਾ ਕੁਛ ਬਣਾਉਣ ਲਈ। ਸੋ ਇੱਕ ਨੋਰਮਲ ਬੰਦੇ ਦਾ ਇੰਨੇ ਘੰਟਿਆਂ ਦਾ ਕੰਮ ਆ ਅਤੇ AI ਨੇ ਇਹ ਕੁਛ ਕੁ ਮਿੰਟਾਂ 'ਚ ਹੀ ਬਣਾ ਦਈਏ ਇੰਨੀ ਹਾਈ ਲੈਵਲ ਚੀਜ਼। ਸੋ ਮਤਲਬ ਜੇ ਆਪਾਂ ਦੇਖੀਏ ਆਉਣ ਵਾਲੇ ਜਿਹੜੇ ਸਾਲ ਨੇ, ਕਾਫੀ ਬੰਦਿਆਂ ਦੀ AI ਰਿਸਕ 'ਚ ਵੀ ਪਾ ਸਕਦਾ, ਕਿਉਂਕਿ ਜਿਹੜੇ ਜੋਬਸ ਬੰਦਾ ਕਰਦਾ ਸੀ, ਜਿਹੜੇ ਕੰਮ ਬੰਦੇ ਕਰਦੇ ਨੇ, ਹੈ ਨਾ, ਬੰਦੇ ਦੇ ਕੰਮ ਮੈਨੂੰ ਲੱਗਦਾ ਕੋਈ ਰਹਿਣਾ ਹੀ ਨਹੀਂ ਗੇ, ਕਿਉਂਕਿ ਕੰਪਿਊਟਰ ਨੇ ਸਾਰਾ ਕੁਛ ਕਰਦਿਆ ਕਰਨਾ, ਕੰਪਿਊਟਰ ਬੰਦੇ ਨੂੰ ਤੇਜ਼ ਚੱਲ ਰਿਹਾ, ਜਿੱਥੇ ਇੱਕ ਬੰਦੇ ਨੂੰ ਕਿੰਨੇ ਘੰਟੇ ਲੱਗ ਜਾਂਦੇ ਨੇ ਇੱਕ ਚੀਜ਼ ਕੰਪਲੀਟ ਕਰ ਲਈ, ਉੱਥੇ ਉਹੀ ਚੀਜ਼ ਇਹ ਕੁਛ ਕੁ ਮਿੰਟਾਂ ਜਾਂ ਕੁਛ ਕੁ ਸਕਿੰਟਾਂ ਤੱਕ 'ਚ ਵੀ ਬਣਾ ਦਿੰਦੀ ਆ। ਆਪਣੀ ਜਿਹੜੀ ਆਉਣ ਵਾਲੀ ਫਿਊਚਰ ਆ, ਉਹ ਤੁਸੀਂ ਆਪਦਾ ਓਪੀਨੀਅਨ ਦੱਸੋ, ਤੁਹਾਨੂੰ ਕੀ ਲੱਗਦਾ ਵੀ ਕੀ ਹੋਊਗਾ, ਵੀ ਇਹ ਚੀਜ਼ ਜਿਹੜੀ ਹੁਣ ਆ ਰਹੀ ਆ, ਇੰਨੀ ਐਡਵਾਂਸ ਟੈਕਨੋਲੋਜੀ ਆ, ਇੰਨੀ ਆਪਾਂ ਤਰੱਕੀ ਕਰ ਰਹੇ ਹਾਂ, ਇਹ ਵਧੀਆ ਚੀਜ਼ ਆ ਜਾਂ ਨਹੀਂ, ਤੁਸੀਂ ਕਮੈਂਟਾਂ ਵਿੱਚ ਆਪਦਾ ਓਪੀਨੀਅਨ ਵੀ ਦੱਸਿਓ। ਚਲੋ ਆਪਾਂ ਅੱਗੇ ਹੁਣ ਦੇਖਦੇ ਹਾਂ। ਸੋ ਜਿੰਨੀ ਵੀ ਇਹਨਾਂ ਨੇ ਵੀਡੀਓ ਪਾਈਆਂ ਨੇ, ਇਹ ਹਰੇਕ ਵੀਡੀਓ ਦੇ ਥੱਲੇ ਪ੍ਰੌਂਪਟ ਲਿਖਿਆ ਹੋਇਆ। ਪ੍ਰੌਂਪਟ ਮਤਲਬ ਵੀ AI ਦੇ ਉਹਦੇ ਵਿੱਚ ਉਹਨਾਂ ਨੂੰ ਕੀ ਲਿਖਣਾ ਪਿਆ, ਸੋ ਕਿ ਆਹ ਲੈਵਲ ਦੀ ਉਹ ਵੀਡੀਓ ਜਨਰੇਟ ਕਰ ਸਕੇ। ਆਹ ਜਿਹੜੀ ਵੀਡੀਓ ਮੈਂ ਦੇਖੀ ਆ ਨਾ, ਇਹ ਸਭ ਨੂੰ ਰੀਅਲਿਸਟਿਕ ਲੱਗੀ ਆ ਮੈਨੂੰ, ਆਹ ਨਾਲ ਦੇ ਨਾਲ ਤੁਹਾਨੂੰ ਵੀ ਸਕਰੀਨ 'ਤੇ ਦਿਖੀ ਜਾਣੀ ਆ। ਇਹ ਮਤਲਬ ਇਹਨੂੰ ਦੇਖ ਕੇ ਤਾਂ ਐਂ ਲੱਗਦਾ ਵੀ ਇੱਕ ਮੂਵੀ ਸੀਨ ਆ, ਇੱਕ ਕੋਈ ਹਾਲੀਵੁੱਡ ਦੀ ਮੂਵੀ ਆ, ਕੋਈ ਸਪੇਸ ਵਾਲੀ ਮੂਵੀ, ਉਹਦਾ ਕੋਈ ਸੀਨ ਆ। ਮਤਲਬ ਇੰਨੀ ਕਲੈਰਿਟੀ, ਇੰਨੀ ਕਲੀਅਰਲੀ ਬਣਾਈ, ਬੰਦੇ ਦੇ ਚਿਹਰੇ ਦੇਖੋ, ਇਨਵਾਇਰਮੈਂਟ ਦੇਖੋ, ਸਪੇਸਸ਼ਿਪ ਦੇਖੋ, ਮਤਲਬ ਹੈਰਾਨ ਕਰਨ ਵਾਲੀ ਗੱਲ ਆ। ਆਹ ਵੀਡੀਓ ਆਪਾਂ ਪਹਿਲਾਂ ਜਿਹੜੀ ਦੇਖ ਰਹੇ ਸੀਗੇ, ਹੁਣ ਇਹਦਾ ਪ੍ਰੌਂਪਟ ਦੇਖੋ। ਅ ਯੰਗ ਮੈਨ ਐਟ ਹਿਸ 20s ਇਜ਼ ਸਿਟਿੰਗ ਔਨ ਅ ਪੀਸ ਆਫ ਕਲਾਊਡ ਇਨ ਦ ਸਕਾਈ ਰੀਡਿੰਗ ਅ ਬੁੱਕ। ਪ੍ਰੌਂਪਟ ਵਿੱਚ ਪੰਜਾਬੀ 'ਚ ਆਪਾਂ ਟ੍ਰਾਂਸਲੇਟ ਕਰੀਏ ਲਿਖਿਆ ਹੋਇਆ ਵੀ ਇੱਕ ਜਵਾਨ ਬੰਦਾ ਜੋ ਕਿ ਆਪਦੇ 20s ਵਿੱਚ ਆ, 20s ਬੇਸਿਕਲੀ 20 ਤੋਂ 30 ਸਾਲ ਦੇ ਵਿੱਚ ਜਿਹੜੀ ਉਮਰ ਹੁੰਦੀ ਆ ਉਹ ਆ। ਸੋ ਇੱਕ ਜਵਾਨ ਬੰਦਾ ਆਪਦੇ 20s ਵਿੱਚ ਇੱਕ ਬੱਦਲ 'ਤੇ ਬੈਠਾ ਅਤੇ ਉੱਥੇ ਬਹਿ ਕੇ ਕਿਤਾਬ ਪੜ੍ਹ ਰਿਹਾ, ਅਤੇ ਆਹ ਚੀਜ਼ ਲਿਖ ਕੇ ਤੁਹਾਨੂੰ AI ਨੇ ਇੱਦਾਂ ਦੀ ਰਿਜ਼ਲਟ ਦਿੱਤੀ ਆ। ਲੱਗਦਾ ਬੰਦੇ ਤੋਂ ਵੀ ਨਹੀਂ ਇੰਨੀ ਚੰਗੀ ਤਰ੍ਹਾਂ ਵੀਡੀਓ ਬਣਨੀ ਸੀ ਜਿੰਨੀ AI ਨੇ ਵਧੀਆ ਬਣਾਤੀ। ਹੁਣ ਆਹ ਵੀਡੀਓ ਦੇਖੋ, ਐਕਸਟ੍ਰੀਮਲੀ ਕਲੋਜ਼ ਅਪ ਆਫ ਅ 24-year-old ਵੂਮਨਸ ਆਈ ਬਲਿੰਕਿੰਗ। ਹੁਣ ਆਹ ਦੇਖੋ, ਐਕਸ਼ਨ ਵੀਡੀਓਜ਼ ਵੀ ਇਹ ਬਣਾ ਦਿੰਦਾ। ਹੁਣ ਜਿੱਦਾਂ ਕਿ ਤੁਸੀਂ ਆਹ ਵਾਲੀ ਕਲਿੱਪ ਦੇਖ ਰਹੇ ਹੋ, ਇੱਕ ਗੱਡੀ ਜਾ ਰਹੀ ਆ। ਹੁਣ ਇਹ ਜਿਹੜੇ ਐਂਗਲ ਤੋਂ ਇਹ ਵੀਡੀਓ ਬਣਾ ਰਹੀ ਆ, ਮੈਨੂੰ ਬਹੁਤ ਇੱਕ ਵੀਡੀਓ ਗੇਮ ਵਾਲੀ ਵਾਈਬ ਆ ਰਹੀ ਆ, ਕਿਉਂਕਿ ਯੂਜੁਅਲੀ ਵੀਡੀਓ ਗੇਮਸ ਵਿੱਚ ਆਹ ਐਂਗਲ ਹੁੰਦਾ ਜੋ ਗੱਡੀ ਅੱਗੇ ਅੱਗੇ ਜਾਂਦੀ ਆ, ਆਪਾਂ ਨੂੰ ਇੱਥੋਂ ਹੀ ਮਗਰੋਂ ਸਾਰਾ ਕੁਝ ਦਿਖਦਾ। ਪਰ ਇਹਦਾ ਪ੍ਰੌਂਪਟ ਜੇ ਆਪਾਂ ਦੇਖੀਏ, ਆਹ ਲੰਬਾ ਸਾਰਾ ਪ੍ਰੌਂਪਟ ਆ, ਪਰ ਪਹਿਲਾਂ ਸ਼ੁਰੂਆਤ ਵਿੱਚ ਇਹਨਾਂ ਨੇ ਲਿਖਿਆ ਦ ਕੈਮਰਾ ਫੋਲੋਜ਼ ਬਿਹਾਈਂਡ ਅ ਵਾਈਟ ਵਿੰਟੇਜ SUV ਵਿਦ ਅ ਬਲੈਕ ਰੂਫ। ਇਕੱਲੀ ਇਕੱਲੀ ਡਿਟੇਲ ਦੱਸੀ ਹੋਈ ਆ ਬੇਸਿਕਲੀ ਵੀਡੀਓ 'ਚ ਵੀ ਕੈਮਰਾ ਵੀ ਇੱਥੇ ਲਿਖਿਆ ਹੋਇਆ, ਜਿਹੜਾ ਕੈਮਰਾ ਉਹ ਵਹੀਕਲ ਦੇ ਪਿੱਛੇ ਪਿੱਛੇ ਜਾਈ ਜਾਂਦਾ SUV ਦੇ ਮਗਰ ਮਗਰ। ਇਹਨਾਂ ਨੇ ਪ੍ਰੌਂਪਟ ਵਿੱਚ ਇਕੱਲੀ ਇਕੱਲੀ ਡਿਟੇਲ ਲਿਖੀ ਆ। ਇਵਨ ਦੋ ਇਹ ਵੀ ਲਿਖਿਆ ਹੋਇਆ ਵੀ ਜਿਹੜੇ ਦਰਖਤ ਨੇ ਆਲੇ ਦੁਆਲੇ ਉਹ ਕਿੱਦਾਂ ਦੇ ਦਰਖਤ ਨੇ, ਕਿੱਦਾਂ ਦੀ ਇਨਵਾਇਰਮੈਂਟ ਆ, ਜਿਹੜਾ ਰਸਤਾ ਉਹ ਕੱਚਾ ਜਾਂ ਪੱਕਾ, ਇਕੱਲੀ ਇਕੱਲੀ ਚੀਜ਼ ਐਕਸਪਲੇਨ ਕੀਤੀ ਹੋਈ ਆ, ਅਤੇ ਆਹ ਵੀਡੀਓ ਦਾ ਰਿਜ਼ਲਟ ਆ। ਸੋ ਇਹ AI ਦੀ ਦੁਨੀਆ ਇੰਨੀ
ਐਡਵਾਂਸ ਚੱਲ ਰਹੀ ਆ, ਇੰਨੀ ਤਰੱਕੀ ਕਰ ਰਹੀ ਆ, ਸਾਰਾ ਕੁਛ ਆਪਣੇ ਸਾਹਮਣੇ ਆ। ਸੋ ਇਹ ਵਾਲੀ ਏ ਆਈ ਉਹ ਆ ਜੋ ਕਿ ਕੋਈ ਵੀ ਟੈਕਸਟ ਨੂੰ ਇੱਕ ਵੀਡੀਓ ਵਿੱਚ ਕਨਵਰਟ ਕਰ ਦਿੰਦੀ ਆ ਅਤੇ ਤੁਹਾਡੇ ਸਾਹਮਣੇ ਰਿਜ਼ਲਟ ਨੇ। ਤੁਸੀਂ ਖੁਦ ਵੀ ਜਾ ਕੇ ਦੇਖ ਸਕਦੇ ਹੋ ਇਹਨਾਂ ਦੀ ਵੈਬਸਾਈਟ, ਬੇਸਿਕਲੀ ਓਪਨ ਏ ਆਈ ਸੋਰਾ ਸਰਚ ਕਰ ਲਿਓ। ਮੈਂ ਦੁਬਾਰਾ ਫਿਰ ਰਿਮਾਇੰਡ ਕਰਾਉਂਦਾ, 1.5 ਸਾਲ ਪਹਿਲਾਂ ਏ ਆਈ ਆਹ ਕੁਛ ਕਰ ਸਕਦੀ ਸੀਗੀ, ਹਜੇ 1.5 ਸਾਲ ਹੀ ਹੋਇਆ, 1.5 ਸਾਲ ਬਾਅਦ ਦੇਖੋ ਕਿਹੜੇ ਲੈਵਲ ਤੱਕ ਪਹੁੰਚ ਗਈ। ਜਿੱਦਾਂ ਕਿ ਮੈਂ ਕਿਹਾ, ਤੁਸੀਂ ਆਪ ਵੀ ਜਾ ਕੇ ਚਾਹੇ ਦੇਖ ਲਿਓ, ਬਹੁਤ ਜਲਦੀ ਇਹ ਪਬਲਿਕਲੀ ਇਹਨਾਂ ਨੇ ਖੋਲ੍ਹ ਦੇਣੀਆਂ, ਸੋ ਤੁਸੀਂ ਆਪਦੇ ਕੰਟੈਂਟ ਲਈ ਵੀ ਯੂਜ਼ ਕਰ ਸਕਦੇ ਹੋ। ਪਰ ਮੈਨੂੰ ਲੱਗਦਾ ਇਹਨਾਂ ਨੂੰ ਕੁਛ ਹੱਦ ਤੱਕ ਸਿਕਿਉਰਿਟੀ ਵੀ ਰੱਖਣੀ ਪੈਣੀ ਹੈ, ਕਿਉਂਕਿ ਨਹੀਂ ਤਾਂ ਕੋਈ ਵੀ ਬੰਦਾ ਕੋਈ ਵੀ ਚੀਜ਼ ਇੱਥੇ ਬਣਾ ਲੂਗਾ, ਥੋੜ੍ਹਾ ਗਲਤ ਵੀ ਹੋ ਸਕਦਾ, ਕਿਉਂਕਿ ਕਈ ਲੋਕ ਇਹਦਾ ਗਲਤ ਯੂਜ਼ ਵੀ ਕਰ ਸਕਦੇ ਨੇ। ਮੈਨੂੰ ਲੱਗਦਾ ਉੱਥੇ ਇਹਨਾਂ ਨੂੰ ਖਿਆਲ ਰੱਖਣਾ ਪੈਣਾ, ਕੋਈ ਸਿਕਿਉਰਿਟੀ ਫੀਚਰਸ ਜੇ ਹੋਣੇ ਚਾਹੀਦੇ ਨੇ, ਹੈ ਨਾ। ਨਹੀਂ ਤਾਂ ਇੱਦਾਂ ਇੰਨੀ ਤਕੜੀ ਚੀਜ਼ ਦੀ ਤਾਂ ਬਹੁਤ ਗਲਤ ਯੂਜ਼ ਹੋਊਗੀ, ਬਹੁਤ ਬੰਦੇ ਇਹਦਾ ਸਹੀ ਇਸਤੇਮਾਲ ਨਹੀਂ ਕਰਨਗੇ। ਤਾਂ ਕਰਕੇ ਹੋਪ ਕਰਦੇ ਹਾਂ ਕਿ ਪਹਿਲਾਂ ਕੀ ਇਹ ਚੀਜ਼ ਪਬਲਿਕ ਨੂੰ ਟੋਟਲੀ ਖੁੱਲ੍ਹੇ ਇੱਕ ਰੈਸਟ੍ਰਿਕਸ਼ਨ ਲਾਉਣ, ਵੀ ਨਹੀਂ ਤਾਂ ਇੱਥੇ ਕੋਈ ਵੀ ਬੰਦਾ ਕਿਸੇ ਦੀ ਵੀ ਵੀਡੀਓ ਪਾ ਕੇ ਉਹ ਤੋਂ ਕੋਈ ਵੀ ਚੀਜ਼ ਕਹਾ ਦੂਗਾ। ਜਿਹੜੀ ਵੀ ਚੀਜ਼ ਆਪਾਂ ਦੇਖਾਂਗੇ ਆਪਾਂ ਨੂੰ ਪਤਾ ਨਹੀਂ ਹੋਣਾ ਵੀ ਜੇ ਅਸਲੀ ਆ ਜਾਂ ਜੇ ਏ ਆਈ ਨੇ ਬਣਾਈ ਹੋਈ ਆ। ਸੋ ਇਹ ਹੋ ਗਈ ਆਪਣੀ ਪਹਿਲੀ ਏ ਆਈ। ਹੁਣ ਆਪਾਂ ਨੈੱਟ 'ਤੇ ਕਾਫ਼ੀ ਦੇਖਦੇ ਹੁੰਦੇ ਹਾਂ ਵੀ ਲੋਕ ਆਪਦੀ ਵੋਇਸ ਬਦਲ ਲੈਂਦੇ ਨੇ ਏ ਆਈ ਨਾਲ, ਕਾਫ਼ੀ ਜਣੇ ਸੋਚਦੇ ਹੋਣਗੇ ਵੀ ਕਿਵੇਂ ਕਰਦੇ ਨੇ, ਆ ਜਾਓ ਮੈਂ ਤੁਹਾਨੂੰ ਐਕਸਪਲੇਨ ਕਰਦਾ। ਸੋ ਆਹ ਵੈਬਸਾਈਟ ਆ, ਵੈਬਸਾਈਟ ਦਾ ਨਾਂ ਹੈਗਾ 11 Labs, ਤੁਸੀਂ ਬੇਸਿਕਲੀ ਗੂਗਲ 'ਤੇ ਸਰਚ ਕਰ ਲਿਓ, ਪਹਿਲੀ ਵੀ ਵੈਬਸਾਈਟ ਆਉਣੀ ਆ। ਅਤੇ ਇੱਥੇ ਹੁਣ ਦੋ ਆਪਸ਼ਨ ਨੇ, ਪਹਿਲਾ ਹੈਗਾ ਟੈਕਸਟ ਟੂ ਸਪੀਚ ਅਤੇ ਦੂਸਰਾ ਹੈਗਾ ਸਪੀਚ ਟੂ ਸਪੀਚ। ਟੈਕਸਟ ਟੂ ਸਪੀਚ ਆਏ ਆ, ਬੇਸਿਕਲੀ ਕੋਈ ਵੀ ਚੀਜ਼ ਮੈਂ ਇਹਨੂੰ ਲਿਖੂੰਗਾ ਨਾ ਇੱਥੇ ਇਹ, ਅਤੇ ਫਿਰ ਮੈਂ ਜਨਰੇਟ ਕਲਿੱਕ ਕਰਤਾ ਇਹਨੇ, ਆਹ ਮੈਂ ਤੁਹਾਨੂੰ ਦਿਖਾਈ ਦਿੰਦਾ, ਆਹ ਤੇ ਮੈਂ ਲਿਖਿਆ ਹੋਇਆ ਸੀ ਨਾ ਹੈਲੋ ਮਾਈ ਨੇਮ ਇਜ਼ ਅਨਮੋਲ, ਅਤੇ ਇੱਥੇ ਮੈਂ ਡਿਸਾਈਡ ਕਰ ਸਕਦਾ ਵੀ ਮੈਨੂੰ ਕਿੱਦਾਂ ਦੇ ਟੋਨ ਵਿੱਚ ਚਾਹੀਦੀ ਆ, ਕਿੱਦਾਂ ਦੀ ਆਵਾਜ਼ ਚਾਹੀਦੀ ਆ, ਜਿਵੇਂ ਮੈਂ ਕੋਈ ਹੋਰ ਆਹ ਆਵਾਜ਼ ਯੂਜ਼ ਕਰਾਂ। ਓਕੇ, ਸੋ ਮੈਂ ਇਹ ਹੁਣ ਆਵਾਜ਼ ਯੂਜ਼ ਕਰਨੀ ਆ, ਹੁਣ ਮੈਂ ਜਨਰੇਟ ਕਲਿੱਕ ਕਰਨਾ। ਠੀਕ ਆ, ਇਹ ਹੋ ਗਿਆ ਟੈਕਸਟ ਟੂ ਸਪੀਚ। ਸੋ ਬੇਸਿਕਲੀ ਇੱਥੇ ਤੁਸੀਂ ਆਪਦੀ ਆਵਾਜ਼ ਵੀ ਐਡ ਕਰ ਸਕਦੇ ਹੋ, ਜ਼ਰੂਰੀ ਨਹੀਂ, ਆਹ ਤਾਂ ਉਹਨਾਂ ਨੇ ਆਪਸ਼ਨ ਦਿੱਤੇ ਨੇ ਇਹਨਾਂ 'ਚੋਂ ਜੇ ਤੁਸੀਂ ਕੋਈ ਯੂਜ਼ ਕਰਨੀ ਆ। ਪਰ ਇਹਦੇ ਨਾਲ ਇੱਕ ਆ ਪਲੱਸ ਬਟਨ ਆ, ਇਹ 'ਤੇ ਦੱਬ ਕੇ ਤੁਸੀਂ ਆਪਦਾ ਵੀ ਐਡ ਕਰ ਸਕਦੇ ਹੋ। ਅਤੇ ਜੇ ਹੁਣ ਆਪਾਂ ਜਾਈਏ ਸਪੀਚ ਟੂ ਸਪੀਚ 'ਤੇ, ਇੱਥੇ ਵੀ ਕੀ ਆ, ਸੇਮ ਚੀਜ਼ ਆ, ਬੇਸਿਕਲੀ ਜਿਹੜੀ ਤੁਹਾਡੀ ਆਡੀਓ ਫਾਈਲ ਹੋਊਗੀ ਉਹ ਤੁਸੀਂ ਇੱਥੇ ਅਪਲੋਡ ਕਰ ਦੇਣੀ ਆ, ਹੈ ਨਾ, 50 MB ਤੱਕ ਹੋਣੀ ਚਾਹੀਦੀ ਆ। ਫਿਰ ਤੁਸੀਂ ਜਨਰੇਟ ਕਲਿੱਕ ਕਰੋਗੇ ਅਤੇ ਇੱਥੇ ਤੁਸੀਂ ਆਵਾਜ਼ ਸਿਲੈਕਟ ਕਰ ਲਈ, ਹੈ ਨਾ, ਉਹੀ ਜਿਹੜੀ ਤੁਹਾਡੀ ਆਵਾਜ਼ ਹੋਊਗੀ ਉਹਨੇ ਉਹੀ ਆਵਾਜ਼ ਵਿੱਚ ਬਦਲ ਕੇ ਕਨਵਰਟ ਕਰਕੇ ਤੁਹਾਨੂੰ ਨਵੀਂ ਆਡੀਓ ਫਾਈਲ ਜਨਰੇਟ ਕਰ ਦੇਣੀ ਆ। ਜੇ ਤੁਸੀਂ ਆਹ ਨਹੀਂ ਯੂਜ਼ ਕਰਨੀ ਆ ਜਿਹੜੀ ਇਹਨਾਂ ਨੇ ਆਵਾਜ਼ ਜਿਹੜੀ ਇਹਨਾਂ ਨੇ ਆਡੀਓਜ਼ ਦਿੱਤੀਆਂ ਨੇ, ਜੇ ਤੁਸੀਂ ਇਹ ਨਹੀਂ ਯੂਜ਼ ਕਰਨੀਆਂ ਤਾਂ ਤੁਸੀਂ ਇੱਥੇ ਪਲੱਸ 'ਤੇ ਦੱਬ ਕੇ ਓਬਵੀਅਸਲੀ ਆਪਦਾ ਕੁਛ ਐਡ ਕਰ ਸਕਦੇ ਹੋ। ਅਤੇ ਇਹ ਵੀ ਮੈਂ ਕਿਹਾ ਚੱਲ ਕਿਸੇ ਦੇ ਕੰਮ ਆ ਸਕਦੀ ਹੈ ਚੀਜ਼, ਹੈ ਨਾ, ਤੁਸੀਂ ਆਪਦੇ ਕੰਟੈਂਟ ਲਈ ਵੀ ਇਹ ਚੀਜ਼ ਯੂਜ਼ ਕਰ ਸਕਦੇ ਹੋ। ਅੱਜ ਆਪਾਂ ਖਾਸ ਹੀ AI ਬਾਰੇ ਗੱਲਾਂ ਕੀਤੀਆਂ ਨੇ, ਅਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ। ਆਹ ਸੀਗੀ ਅੱਜ ਦੀ ਵੀਡੀਓ, ਜੇ ਤੁਹਾਨੂੰ ਇੱਦਾਂ ਦਾ ਕੰਟੈਂਟ ਹੋਰ ਚਾਹੀਦਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਆਪਾਂ ਤੁਹਾਡੇ ਲਈ ਇੱਦਾਂ ਦਾ ਹੋਰ ਕੰਟੈਂਟ ਲਿਆਵਾਂਗੇ। ਸੋ ਆਹ ਸੀਗੀ ਅੱਜ ਦੀ ਵੀਡੀਓ, ਜੇ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਆਪਾਂ ਮਿਲਦੇ ਹਾਂ ਅਗਲੀ ਵਾਰ। ਓਕੇ।